ਲੜਾਈ ਤੋਂ ਇੱਕੋ ਲਗਤ ਰਾਜਨੀਤੀ ਵਿੱਚ ਕੀ ਸੋਚਿਆ ਹੁਣ ਦਾ ਜੋ ਕਿ ਮੇਰੀ ਜਾਤੀ ਹੈ ਉਹ ਕੋਰੀ ਜਾਤੀ ਹੈ ਬਹੁਤ ਸਾਰੀਆਂ ਆਡੀਓ ਵਾਇਰਲ ਹੁੰਦੀਆਂ ਨੇਗੀਆਂ ਬਰੇਟੇ ਦੀਆਂ ਹਾਂਜੀ ਹੋ ਰਹੀ ਹੈ ਆਡੀਓ ਵਾਇਰਲ ਦੇ ਵਿੱਚ ਉਹਦੇ ਵਿੱਚ ਅਸੀਂ ਸੁਣਿਆ ਜਾਂਦਾ ਹੈ ਕੋਈ ਕਿੰਨੇ ਦੀ ਗੱਲ ਕਰ ਰਿਹਾ ਹੈ ਕੋਈ ਕਿੰਨੇ ਰੁਪਏ ਦੀ ਗੱਲ ਕਰ ਰਿਹਾ ਕਿਤੇ ਤੁਹਾਡੀ ਤਰ੍ਹਾਂ ਵੀ ਆਡੀਓ ਵਾਇਰਲ ਹੋਈ ਜਿਹੜੇ ਲੋਕ ਕਹਿੰਦੇ ਸੀ ਪੈਸੇ ਨਾਲ ਗਰੀਬ ਨੂੰ ਖਰੀਦ ਲਾਂਗੇ ਜੀ ਉਹਨਾਂ ਦੇ ਬਸ ਮੈਂ ਮੂੰਹ ਤੇ ਚਪੇੜ ਮਾਰਨ ਵਾਲੇ ਕੰਮ ਕਰਿਆ ਜੀ ਇਹ ਸੈਂਟੀ ਪ੍ਰਧਾਨਗੀ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਤਾਂ ਪ੍ਰਧਾਨ ਕਿਹੜੇ ਪਾਸੇ ਸੀ ਹਾਂਜੀ ਤੇ ਦੂਸਰੇ ਦਿਨ ਸੈਂਟੀ ਉਸ ਪ੍ਰਧਾਨ ਦੇ ਪਾਸੇ ਵੋਟ ਨਹੀਂ ਪਾਉਂਦਾ ਹੈਗਾ ਜਿਹੜੇ ਹਾਲਾਤਾਂ ਜਦੋਂ ਤੁਸੀਂ ਉੱਠੇ ਹੋ ਜਾਂ ਜਿਹੜੇ ਹਾਲਾਤਾਂ ਤੁਸੀਂ ਅੱਜ ਲੜ ਰਹੇ ਹੋ ਤੁਹਾਨੂੰ ਇੰਝ ਲੱਗਦਾ ਠੁੱਕ 'ਚ ਫਰਕ ਪੈਂਦਾ ਹੁਣ ਪਟਾਰੀ ਖੁੱਲੀ ਤੋਂ ਪਤਾ ਲੱਗਦਾ ਵੀ ਸੱਪ ਕਿਹੋ ਜਿਹਾ ਨਿਕਲਦਾ ਜੀ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਸਾਨੂੰ ਕਿਉਂ ਜਲੀਲ ਕਰ ਰਹੇ ਨੇ ਸਾਡੇ ਨਾਲ ਤਾਂ ਜੀ ਬਹੁਤ ਜਾਇਜ਼ ਧੱਕਾ ਹੋ ਰਿਹਾ ਜੀ ਬਹੁਤ ਹੀ ਜਲਦ ਮੇਰੀ ਚੈਨਲ 'ਤੇ ਇੰਟਰਵਿਊ ਆ ਰਹੀ ਹੈ ਅਤੇ ਮੈਂ ਖਾਸ ਕਰਕੇ ਬਰੇਟੇ ਦੇ ਵਾਰਡ ਨੰਬਰ 6 ਦੇ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮੇਰੇ ਦਿਲ ਦੇ ਦੁੱਖਾਂ ਨੂੰ ਸੁਣੋ ਤਾਂ ਤੁਹਾਨੂੰ ਮੇਰੇ ਬਾਰੇ ਸਭ ਕੁਝ ਪਤਾ ਲੱਗ ਜਾਣਾ ਹੈ ਵੀ ਸ਼ਾਂਤੀ ਸਿੰਘ MC ਕੀ ਨੇ ਅਤੇ ਉਹ ਕੀ ਤੁਹਾਡੇ ਲਈ ਕਰਨਾ ਚਾਹੁੰਦੇ ਨੇ ਅਤੇ ਕੀ ਕਰਕੇ ਦਿਖਾਉਣਗੇ ਤੁਹਾਨੂੰ